ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅਸੀਂ ਚੱਲੇ ਆ ਨਾਲ ਗਵਾਂਢੀਆਂ ਦੇ ਸਾਡੇ ਘਰੇ ਕਿ ਉੱਥੇ ਤੁਹਾਨੂੰ 105 ਸਾਲਾਂ ਦੀ ਬਜ਼ੁਰਗ ਲੇਡੀ ਦੇ ਨਾਲ ਮਿਲਾਵਾਂਗੇ ਤੇ ਹੁਣ ਅਸੀਂ ਜਾ ਰਹੇ ਆ ਉਹਨਾਂ ਦੇ ਘਰੇ ਚਲੋ ਫੇਰ ਦਿਖਾਉਨੇ ਆ ਤੁਹਾਨੂੰ ਉੱਥੇ ਚਲੋ ਲਾਪੇ ਤੇ ਚਲੋ ਆ ਜਾਓ 105 ਸਾਲ ਦੀ ਆ 105 ਜੀ ਤੇ ਉਹਨਾਂ ਵਾਸਤੇ ਅਸੀਂ ਸਬਜ਼ੀ ਵੀ ਲੈ ਕੇ ਚੱਲੇ ਆ ਟਿੰਡਿਆਂ ਦੀ ਕਿਉਂਕਿ ਸਾਡੇ ਕਾਫੀ ਲੱਗੇ ਹੋਏ ਆ ਖੇਤ ਦੇ ਵਿੱਚ ਜੀ 105 ਸਾਲਾਂ ਦੇ ਵੀਜੀ ਜੀ ਨੇ ਜੋ ਕਿ ਅਸੀਂ ਇਹਨਾਂ ਦੇ ਘਰ ਆਏ ਹੋਏ ਆ ਸੋ ਸ਼ਾਇਦ ਉਹ ਪਹਿਚਾਨ ਨਹੀਂ ਪਾ ਰਹੇ ਸਾਨੂੰ ਤੇ ਆਪ ਨੂੰ ਅੱਜ ਤੱਕ ਦੇ ਨਾਲ ਦੋਵਾਂ ਕੁੜੀਆਂ ਦੇ ਦੋ ਮੁੰਡੇ ਅੱਛਾ ਮੈਨੂੰ ਹਾਂਜੀ ਬੀਬੀ ਸਾਡਾ ਨਾਲ ਹੀ ਘਰ ਆ ਮੈਨੂੰ ਪਤਾ ਹੈ ਪੁੱਤਰ ਹੋਣੇ ਮੈਥੋਂ ਜਾਇਆ ਜਾਂਦਾ ਮੈਂ ਹਾਂਜੀ ਪਹਿਚਾਨ ਲਿਆ ਮੈਨੂੰ ਉਹਦਾ ਤੀ ਚੱਲ ਮੈਂ ਤੇ ਕੁਰਤੀਆਂ ਲੈ ਕੇ ਚੱਲ ਇੱਥੇ ਤੇ ਆ ਮੇਰੇ ਭਾਬੀ ਜੀ ਆ ਨਾਲ ਹੀ ਸਾਡੇ ਗਵਾਂਢ ਘਰ ਆ ਤੇ ਉਹਨਾਂ ਦੇ ਬੱਚੇ ਆ ਛੋਟੇ ਛੋਟੇ ਮੈਨੂੰ ਨੀ ਪਤਾ ਸੀਗਾ ਲਾਹੌਰ ਦੇ ਲਾਗੇ ਇਹਨਾਂ ਦਾ ਪਿੰਡ ਆ ਸਾਧੂ ਸਿੰਘ ਵਾਲਾ ਸਾਧੂ ਕੇ ਜੋ ਪਤਾ ਨੀ ਪਤਾ ਦੱਸ ਦੇ ਤੁਹਾਨੂੰ ਜ਼ਰੂਰ ਪਤਾ ਹੋਣਾ ਇੱਥੇ ਸਾਨੂੰ ਪਹਿਲਾਂ ਸਾਡੀਆਂ ਮਾਵਾਂ ਆਂਦੀਆਂ ਵੀ ਸਾਡੇ ਗਿਆ ਤੇ ਦੋ ਰਾਤਾਂ ਜੰਜ ਰਹਿੰਦੀ ਅੱਛਾ ਤੇ ਮੇਲ ਵੀ ਰਹਿਣਾ ਹੈ ਅੱਛਾ ਤੇ ਫਿਰ ਰਾਤ ਜਿਉਂ ਜੰਜ ਟੁਕਣਾ ਨਾ ਫਿਰ ਕੁੜੀਆਂ ਨੂੰ ਸੱਦਣਾ ਜੰਜ ਦਾ ਟਿਕਾ ਹੋਣਾ ਸਾਰੇ ਪਿੰਡ ਦੀਆਂ ਕੁੜੀਆਂ ਆ ਕੇ ਜੰਜ ਦਾ ਟਿਕਾ ਹੋਣਾ ਤੇ ਫਿਰ ਗੌਨ ਕੱਢਣੇ ਘੋੜੀਆਂ ਦਸ ਦਸ ਘੋੜੀਆਂ ਗਾਉਣੀਆਂ ਦਸ ਬੀਬੀ ਨੂੰ ਕੋਈ ਨਾਲ ਸਾਥੀ ਚਾਹੀਦਾ ਜਿਹੜਾ ਬੀਬੀ ਨਾਲ ਕੋਈ ਗਾ ਸਕੇ ਤੇ ਇਸ ਕਰਕੇ ਹੁਣ ਬੀਬੀ ਨੂੰ ਯਾਦ ਨਹੀਂ ਆ ਰਿਹਾ ਹੁਣ ਥੋੜੀ ਧੁੱਪ ਚਾਹੀਦੀ ਚਲੋ ਆਪਾਂ ਹੁਣ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਹੁਣ ਅਗਰ ਬੀਬੀ ਦੇ ਉਹ ਦਿਖਾ ਦੀਏ ਸੰਦੂਕ ਦਿਖਾਈਏ ਕਿੰਨਾ ਸੋਹਣਾ ਨਾ ਇਹ ਸੰਦੂਕ ਬੀਬੀ ਦਾ ਸੰਦੂਕ ਆ ਜਿਹੜਾ ਦਾਜ ਚ ਮਿਲਿਆ ਸੀ ਇਹਦੇ ਵਿੱਚ ਕੀ ਰੱਖਦੇ ਹੁੰਦੇ ਵੈਸੇ ਭਾਬੀ ਭਾਂਡਾ ਛੰਨਾ ਜਾਂ ਬਿਸਤਰੇ ਬੁਸਤਰੇ ਜੋ ਮਰਜ਼ੀ ਜਿਵੇਂ ਆਪਾਂ ਬੇਟੀ ਸਮਾਨ ਜਾ ਕੁਛ ਰੱਖੀਦਾ ਤੇ ਇਹਦਾ ਜਿਹੜਾ ਦਰਵਾਜ਼ਾ ਉਹ ਸਿਰਫ ਇੱਦਾਂ ਹੀ ਆ ਆਹ ਵਾਲਾ ਬਾਹਰ ਆਉਣਾ ਠੀਕ ਆ ਤੇ ਏਦਾਂ ਇਹਨੇ ਵਿੱਚ ਜਾਣਾ ਨਹੀਂ ਇਹਨੇ ਏਦਾਂ ਇਹਨੇ ਵਿੱਚ ਜਾਣਾ ਠੀਕ ਆ ਚੀਜ਼ਾਂ ਬੀਬੀ ਦੇ ਘਰੇ ਆਏ ਨਵੀਆਂ ਚੀਜ਼ਾਂ ਕੁਛ ਵੇਖਣ ਨੂੰ ਮਿਲਦੀਆਂ ਥੱਲੇ ਇੱਥੇ ਪਾਣਾ ਇਹਨੂੰ ਕਾਲਾ ਪੱਠੇ ਸੋਹਣਾ ਹੈ ਨਾ ਉਹਦਾ
आखू कढ़ाएगा बाहर आ जा ਨੇਦ ਵੀ ਲੱਗ ਗਈ ਹਾਂ ਆ ਇੱਕ ਹੋਰ ਵੇਖਣੀ ਏ ਆ ਬੇਰੀ ਜਿਹੜੀ ਆ ਬੜੇ ਚਿਰਦੀ ਆ ਇੱਥੋਂ ਅਸੀਂ ਨਿੱਕੇ ਨਿੱਕੇ ਹੁੰਦੀ ਸੀ ਜਦੋਂ ਆਉਂਦੇ ਹੁੰਦੇ ਨੇ ਬੇਰੀਆਂ ਤਾਂ ਛੋਟੇ ਹੁੰਦੀਆਂ ਆ ਹੋ ਸਾਰੀ ਹੁੰਦੀ ਸੀ ਤਾਂ ਹੁਣ ਆ ਬੇਰੀ ਬਹੁਤ ਵੱਡੀ ਹੋ ਗਈ ਆ ਲਾ ਤੇ ਲਾਈ ਬੇਰ ਖੱਗੀ ਆ ਸਾਡੇ ਕਿਤੇ ਜਾ ਰਹੇ ਆ ਦੇਖ ਕਾਫੀ ਡਿੱਗੇ ਬੇਰ ਦੇਖੋ ਬੇਰ ਆ ਦੇਖੋ ਬੇਰ कोठा भी पाया है उत्ते दो कोठियां बना दियां आप प्लेटां ही खाड़ियां रखियां उत्ते मिट्टी दियां बना के ए लेंटर ते उत्ते आप शो बनाई अच्छा बकरी देख दे आपा हुने ताडे का दीदी कुछ पुराना ए तू आ आ देखो जी बकरी बैठी आ ये किन्ना दी सी ए अपनी सी बड़े टाइम पुरानी हां पहचानने पर तो ज्यादा आ हां भी अपने भी हुंदा ही ओ तारा उठे दे ना ना वधिया यार हां हुंदा नहीं होने कभी आ चूचा जे इथे बैठा पहचान लिया शायद नहीं की पता निकी बच्ची अच्छा सॉरी ना निकल हादा का पुराना माल पिया ता टंगया हां साइकिल ओ मैं इसको ना भी लेना साइकिल ये जो कर लिया रेड़े दा पहिया पुया अगला सारा और निकी साइकिल ही इन चौड़ी हां कान्या दी छत्ता हुंदी है कान्या दी हां है नहीं पहचान ले सानू है नहीं कान्या पहले मियां भाई मत पहचाना है कि नहीं इन्हें पता नहीं पहचान है कि नहीं तो क्या पहचान पता नहीं लगदा पहचाने मुंडो चलो आवे किकर प्राणी अपने किनिया होंगे ਲੈ ਲੈਂਦੇ
बीबी दा गौन सुनियो, बीबी दोबारा शुरू करियो गौन। रे आए आती चढ़ के कोड़ आए कोड़ियाँ तेजे ठिया आया जीरी वाला द्योर आया पालकी बेच काने आया जेरी जान मेरी थोड़ी पीनी चाह पी लो चाय पी लो चाय पी लो मेरी भी चाय कटी चाय ज्यादा पीती इसका मैंने ग्लास फुल कर दिया इसने मुझे ज्यादा डाल दी देखो मेरे साथ नाम इंसाफी हो रही है मैं भी कुछ कह भी नहीं सकती किसी घर घर नहीं नाम इंसाफी नहीं होती पई आप मैं इतनी पीती है ज्यादा पीती चाय हूं मैं किसी के घर किसी के घर मैं आके कुछ कह भी नहीं सकती देखो मैं भरता अगला कोई गल नहीं पी लैनी देख लियो मेरा चेस कैमरे च मार के कर लो मिजाल की ओना का बंदा भी जी हाथ विच लंघ जाए ते हुण तां हिसाब नाल अगले घर ही पड़ जांदे हुण रोटियां नाल खांदे हुण तां बीबी कहिंदी रोटियां नाल खांदे सीरी सी ना ओह आंदा भी जरा अपने घर पाऊ प्रहुणा मंगिया ना बाबा जी भी उठे ओना नार थानी अगले नाल रोटियां चा खांदे ने आहो जमाना बीबी जेड़ा लागी कराउंदा दसी अंग साग साग सरदारा नु पीसरा वेला घर आखना घर चाह नाल पी के नहीं तो फिर मैनू तो चीना पता है पता लगता व्याह कित्थे हुंदे पए दूर ने फिर साडे तो सारिया पता है सारे घर
ਕੁੜੀਆਂ ਸੁਆਗ ਬੀਬੀ ਨੂੰ ਬਹੁਤ ਜਦੋਂ ਇੱਥੋਂ ਬੀਬੀ ਹੁਣ ਗਏ ਸੀ ਨਾ ਹਿੰਦੁਸਤਾਨ ਚ ਬਟਵਾਰਾ ਹੋਇਆ ਸੀ 1947 ਚ ਤੇ ਉਦੋਂ ਦੀਆਂ ਗੱਲਾਂ ਹੁਣ ਦੱਸਣ ਲੱਗੇ ਬੀਬੀ ਚੱਲ ਬੀਬੀ ਦੱਸ ਦੱਸੋ ਕਿ ਗੱਡੇ ਹੁੰਦੇ ਸੀ ਨਾ ਉਦੋਂ ਕਹਿੰਦੇ ਤੁਸੀਂ ਨਹੀਂ ਉਦੋਂ ਗੱਡੇ बीबी कत्तू की तानू दिखाऊंगी 115 साल दे बीबी हुण आपां देखदे आं किद्दां कत्त दे हुंदे नेड़े कर दो होर बीबी तो बनवा लगे कैंची भी बीबी पाउंदी ही टाके मान दूरे जिन्ना हो गया बीबी नो भी करना ओ सारा कुछ ही लगता ना उपर प्यार आना इदा हां जिवे कहंदे आ कि बीबी ना रेतो लस्सी ना चमकाई दिंदी आ जिवे विच विच हैगा पित्तल पित्तल
ਹੁਣ ਤੇ ਬੀਬੀ ਨੂੰ ਪਤਾ ਹੀ ਨਹੀਂ ਸੀ ਕਿ ਮੇਰਾ ਚਰਖਾ ਹੈਗਾ ਅੱਜ ਪਤਾ ਲੱਗਾ ਨਹੀਂ ਬੇਬੇ ਆਖਣ ਤੇ ਕਿਹਦਾ ਚਰਖਾ ਹੈ ਮੇਰਾ ਬੀਬੀ ਨੇ ਅੱਜ ਹੀ ਧੋਣ ਲੱਗ ਪਿਆ ਹੈ ਪਹਿਲਾਂ ਨੇ ਸਾਂਭੇ ਨੇ ਆਪ ਤੈਨੂੰ ਹੀ ਆਈ ਜਾਂ ਬੱਡੇ ਨੂੰ ਫਾੜ ਲੈ ਕਿੰਨੇ ਸਾਲ ਆਲਦਾ ਹੋਊਗਾ ਮਾਤਾ ਦੀ ਉਮਰ ਤਾਂ ਹੋ ਗਿਆ ਜੀ ਇਹ ਵੀ 115 ਸਾਲਾਂ ਦਾ ਕਿੰਨੇ ਚਿਰ ਦਾ ਬਣਿਆ ਹੋਇਆ ਕੀ ਪਤਾ ਉਹ ਤਾਂ ਵੀ ਪਹਿਲਾਂ ਦਾ ਮਤਲਬ 120 ਸਾਲ ਹੋ ਗਏ ਚਰਖੇ ਨੂੰ ਦੇਖ ਲੋ ਚੀਜ਼ਾਂ ਓਦਾਂ ਹੀ ਪਈਆਂ ਰਹਿੰਦੀਆਂ ਬੰਦਾ ਚੱਲ ਜਾਂਦਾ ਪੁਰਾਣੀ ਤੋਂ ਪੁਰਾਣੀ ਚੀਜ਼ ਓਦਾਂ ਹੀ ਪਈ ਹੋਊਗੀ ਬੀਬੀ ਨੇ ਅੱਜ ਚਰਖਾ ਕੱਤਿਆ ਹੋਰ ਵੀ ਆਪਾਂ ਨੂੰ ਬਹੁਤ ਕੁਝ ਸਿਖਾਇਆ ਇਹਦੇ ਵਿੱਚ ਪੰਜਾਬੀ ਸੱਭਿਆਚਾਰ ਬਾਰੇ ਰੂਬਰੂ ਕਰਾਇਆ ਜਿੱਦਾਂ ਕਿ ਅਸੀਂ ਤੁਹਾਨੂੰ ਚਰਖਾ ਦਿਖਾਇਆ ਤੇ ਕੀ ਸੀ ਉੱਧਰ ਪੇਟੀ ਜੀ ਸੰਦੂਕ ਤੇ ਹੁਣ ਜਿਵੇਂ ਕਿ ਮੇਰਾ ਸਾਰਾ ਬਚਪਨ ਇੱਥੇ ਨਿਕਲਿਆ ਘਰੇ ਤੇ ਗੁਰਜੀਤ ਸੀਗਾ ਆਰਮੀ ਚ ਚਲ ਗਿਆ ਹੁਣ ਤੇ ਮੈਂ ਉਹਦੇ ਨਾਲ ਖੇਡਦਾ ਹੁੰਦਾ ਸੀ ਜੋ ਵੀ ਕਰਨਾ ਪੱਠੇ ਲੈਣ ਜਾਣਾ ਉਹਦੇ ਨਾਲ ਰਹਿਣਾ ਉਹਨੇ ਮੈਨੂੰ ਬਹੁਤ ਕੁਛ ਮੋਟੀਵੇਟ ਕੀਤਾ ਖੇਡਾਂ ਬਾਰੇ ਉਹਨੇ ਮੈਨੂੰ ਸੰਬੋਧਨ ਕੀਤਾ ਸੀਗਾ ਜੋ ਕਿ ਉਹਦੀ ਬੜੀ ਦੇਣ ਆ ਸਰੀਰ ਬਣਾਉਣ ਚ ਇੱਥੇ ਘਰੇ ਜਿਮ ਲਾਉਂਦੇ ਸੀ ਅਸੀਂ ਇਕੱਠੇ ਵੇਟ ਵੂਟ ਮਾਰਦੇ ਹੁੰਦੇ ਅਸੀਂ ਪੱਠੇ ਲੈਣ ਚਲ ਜਾਣਾ ਖੇਡੇ ਬਾਰੇ ਹਾਂ ਤੇ ਸੰਸਕਾਰੀ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ।